ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਥਾਣਾ ਲੋਪੋਕੇ ਪਿੰਡ ਚੇਲੇਕੇ ਵਿੱਚ ਅੱਜ ਸਵੇਰੇ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਕਿਸਾਨ ਦੇ ਸਿਰ ਵਿੱਚ ਗਹੀ ਮਾਰ ਕੇ ਉਸ ਦਾ ਕਤਲ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦਲਜੀਤ ਸਿੰਘ ਦੇ ਨਜ਼ਦੀਕੀ ਗੁਰਨਾਮ ਸਿੰਘ ਨੇ ਦੱਸਿਆ ਕਿ ਮੇਰਾ ਜੀਜਾ ਸਵੇਰੇ ਮੋਟਰ 'ਤੇ ਗਿਆ ਤਾਂ ਉਸ ਦੇ ਨਾਲ ਹੀ ਪ੍ਰਵਾਸੀ ਮਜ਼ਦੂਰ ਵੀ ਗਿਆ। ਕੁਝ ਸਮੇਂ ਬਾਅਦ ਪ੍ਰਵਾਸੀ ਮਜ਼ਦੂਰ ਨੇ ਦਲਜੀਤ ਸਿੰਘ ਦੇ ਸਿਰ ਵਿੱਚ ਗਹੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਪ੍ਰਵਾਸੀ ਮਜ਼ਦੂਰ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ 'ਤੇ ਮ੍ਰਿਤਕ ਦੇ ਰਿਸ਼ਤੇਦਾਰ ਅਤੇ ASI ਕੇਵਲ ਸਿੰਘ ਨੇ ਕਿਹਾ ਮੇਰੀ ਨੂੰ ਪਾਣੀ ਲਾ ਕੇ ਅਤੇ ਨਿਕਲਿਆ ਉਹ ਇੱਕਦਮ ਬਹਿ ਗਿਆ। ਇਹਨੇ ਬਈਏ ਨੇ ਆ ਕੇ ਕਈਆਂ ਨੇ ਪੰਜ ਚਾਰ ਟੱਪ ਮਾਰੀ ਅਤੇ ਹੁਣ ਜਿਹੜੀ ਡੈੱਡ ਬੋਡੀ ਹੈ ਨਾ ਉਹਨੂੰ ਸਿਵਲ ਹੋਸਪਿਟਲ ਆਪਣਾ ਕਿ ਨਾਲੇ ਕੰਡੀ 'ਚ ਲਵਾਇਆ। ਅਗਲੀ ਕਾਰਵਾਈ ਚੱਲ ਰਹੀ ਹੈ ਅਤੇ ਪੋਸਟਮਾਰਟਮ ਲਈ ਮੁਕੱਦਮਾ ਦਰਜ ਕਰ ਲਿਆ। ਕਾਗਜ਼ ਪਤਾ ਤਿਆਰ ਕਰਕੇ ਇਹ ਤਿਆਰ ਕਰਨੀ ਬਈਏ ਨੂੰ ਗ੍ਰਿਫਤਾਰ ਕਰ ਲਿਆ। ਹਾਂਜੀ ਬਈਏ ਨੂੰ ਗ੍ਰਿਫਤਾਰ ਕਰ ਲਿਆ।